के आए हैं, इन्ना प्यार देन आए हैं, इज्जत देन आए हैं। अस्सलाम वालेकुम। ਤੁਸੀਂ ਵੀ ਕਹਿੰਦੇ ਹੋ ਅੱਜ ਭਾਈ ਖੈਰ ਹੋਵੇ, ਬੜੇ ਜੋਸ਼ ਖਰੋਸ਼ ਦੇ ਵਿੱਚ। ਹਾਂਜੀ ਯਾਰ, ਗੱਲ ਇਹ ਜਿਸ ਤਰ੍ਹਾਂ ਦੀ, ਅੱਜ ਅਸੀਂ ਜਾ ਰਹੇ ਹਾਂ ਜੀ ਇੱਕ ਐਸੀ ਸ਼ਖਸੀਅਤ ਨੂੰ ਮਿਲਣ ਵਾਸਤੇ ਜੋ ਕਿਸੇ ਵੀ ਤਾਰੀਫ ਦੀ ਮੁਹਤਾਜ ਨਹੀਂ ਹੈ। ਹਾਂਜੀ ਬਿਲਕੁਲ ਜੀ, ਅਸੀਂ ਮਿਲ ਜਾ ਰਹੇ ਹਾਂ ਪੰਜਾਬ ਦੀ ਜਾਨ, ਪੰਜਾਬ ਦੀ ਸ਼ਾਨ ਅੰਜਨ ਸੁਰਾ ਸਾਹਿਬ ਨੂੰ ਮਿਲ ਜਾ ਰਹੇ ਹਾਂ ਜੀ। ਅਤੇ ਤੁਹਾਡੇ 'ਚ ਬਹੁਤ ਲੋਕ ਉਹਨਾਂ ਜਾਣਦੇ ਹੋਣਗੇ, ਹਰ ਬੰਦਾ ਉਹਨਾਂ ਜਾਣਦਾ ਪੰਜਾਬੀ ਦੀ ਵਜ੍ਹਾ ਨਾਲ, ਪੰਜਾਬੀ ਆਪਣੀ ਮਾਂ ਬੋਲੀ ਨੂੰ ਪ੍ਰਮੋਟ ਕਰਦੇ ਨੇ। ਅਤੇ ਅੱਜ ਅਸੀਂ ਉਹਨਾਂ ਨੂੰ ਮਿਲ ਜਾ ਰਹੇ ਹਾਂ ਜੀ, ਨਹਾ ਧੋ ਕੇ ਅਸੀਂ ਤਿਆਰ ਸ਼ਿਆਰ ਹੋ ਗਏ ਹਾਂ ਜੀ। ਮਹਿਤਾਬ ਵੀ ਆ ਰਿਹਾ ਤੇ ਉਹਨਾਂ ਨੂੰ ਉਹਦੇ ਨਾਲ ਜਾ ਰਹੇ ਜੀ ਅਸੀਂ ਅੱਜ ਅੰਜਮ ਸੁਰਿਆ ਸਾਹਿਬ ਦੇ ਕੋਲ। ਤੇ ਸਾਡੇ ਤੋਂ ਸਫ਼ਰ ਹੈ ਜੀ ਉਹਨਾਂ ਦਾ ਤਕਰੀਬਨ 60 ਕਿਲੋਮੀਟਰ ਸਫ਼ਰ ਬਣਦਾ ਸਾਡੇ ਏਰੀਏ ਤੋਂ ਉਹਨਾਂ ਦੇ ਡੇਰੇ ਦਾ। ਅਸੀਂ ਜਾ ਰਹੇ ਉਹਨਾਂ ਦੇ ਡੇਰੇ ਦੇ ਉੱਤੇ, ਨਾਲ ਸਾਡੇ ਚੌਧਰੀ ਮਹਿਤਾਬ ਸ਼ਾਹ ਅਤੇ ਇਹਨਾਂ ਨਾਲ ਜਾ ਰਹੇ ਅਸੀਂ ਜੀ ਰਹਿਮੇ ਸ਼ਾਹ। ਅਤੇ ਇਸ ਟਾਈਮ ਅਸੀਂ ਰੁਕੇ ਸੀਗੇ ਗੜ੍ਹ ਮੋੜ 'ਤੇ, ਅਤੇ ਹੁਣ ਅਸੀਂ ਚੱਲਦੇ ਜੀ ਆਪਣੇ ਰਾਸਤੇ 'ਤੇ ਵਾਪਸ ਅਤੇ ਪਹੁੰਚਦੇ ਹਾਂ ਜੀ ਰਹਿਮੇ ਸ਼ਾਹ। ਅਤੇ ਉੱਥੇ ਜਾ ਤੁਹਾਨੂੰ ਮਿਲਦੇ ਹਾਂ, ਤੁਹਾਨੂੰ ਨਾਲੇ ਮਿਲਵਾਉਂਦੇ ਹਾਂ ਉਹਨਾਂ ਨਾਲ ਵੀ ਜੀ। ਸਾਡਾ ਸਫ਼ਰ ਰਹਿ ਗਿਆ ਜੀ 7.5 ਕਿਲੋਮੀਟਰ ਰਹਿਮੇ ਸ਼ਾਹ। ਅਤੇ ਹੋਰ 10 ਤੋਂ 15 ਮਿੰਟ ਦੇ 10 ਮਿੰਟ ਦੇ ਅੰਦਰ ਤੁਸੀਂ ਪਹੁੰਚ ਰਹੇ ਹਾਂ ਜੀ ਰਹਿਮੇ ਸ਼ਾਹ। ਮਿਲਦੇ ਤੁਹਾਨੂੰ ਉੱਥੇ ਜਾ ਕੇ ਰਹਿਮੇ ਸ਼ਾਹ। ਰਾਸਤੇ ਫੂਡ ਵਗੈਰਾ ਦੇਖਦੇ ਹਾਂ, ਅਗਰ ਉੱਥੇ ਮਿਲਦਾ ਸਾਨੂੰ ਅਤੇ ਉਹਨਾਂ ਵਾਸਤੇ ਫੂਡ ਵਗੈਰਾ ਵੀ ਲੈ ਚੱਲਾਂਗੇ, ਨਹੀਂ ਤਾਂ ਫਿਰ ਖਾਲੀ ਹੱਥ ਹੈ ਨਹੀਂ ਅਸੀਂ। ਹਾਂਜੀ, ਤਾਂ ਸਰਕਾਰ ਫਰੂਟ ਵਗੈਰਾ ਲੈ ਲਿਆ ਸੀ ਇੱਥੋਂ, ਹੁਣ ਅਸੀਂ ਚੱਲਦੇ ਹਾਂ ਜੀ ਸਿੱਧਾ ਅੰਜਨ ਸੁਰਿਆ ਸਾਹਿਬ ਦੇ ਕੋਲ ਜੀ। ਤਾਂ ਯਾਰ ਅਸੀਂ ਪਹੁੰਚ ਗਏ ਹਾਂ ਇਸ ਟਾਈਮ ਅੰਜਨ ਸੁਰਿਆ ਸਾਹਿਬ ਦੇ ਡੇਰੇ ਦੇ ਬਾਹਰ। ਅਤੇ ਆਹ ਦੇਖੋ ਜੀ ਬਾਹਰ ਇੰਟਰਸ ਇੱਕ ਖੱਜੀ ਲੱਗੀ, ਖਜੂਰ ਲੱਗੀ ਹੈ ਇੱਥੇ, ਅਤੇ ਹੁਣ ਚੱਲਦੇ ਹਾਂ ਅਸੀਂ ਅੰਦਰ ਸਿੱਧਾ ਜੀ। ਤਾਂ ਯਾਰ ਅਸੀਂ ਪਹੁੰਚ ਚੁੱਕੇ ਅੰਜਨ ਸੁਰਿਆ ਸਾਹਿਬ ਡੇਰੇ ਦੇ ਉੱਤੇ, ਅਤੇ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਉਹ ਬੈਠੇ ਨੇ ਇੱਥੇ ਅੰਜਨ ਸੁਰਿਆ ਸਾਹਿਬ। ਅਤੇ ਉਹ ਤੁਹਾਨੂੰ ਡੇਰਾ ਦਿਖਾਉਂਦੇ ਉਹਦਾ। ਉਸ ਤੋਂ ਇਲਾਵਾ ਯਾਰ ਤੁਸੀਂ ਯਕੀਨ ਨਹੀਂ ਕਰੋਗੇ ਕਿ ਮੈਂ ਇੱਥੇ ਆਉਣ ਤੋਂ ਪਹਿਲੇ ਮੇਰੇ ਦਿਲ 'ਚ ਉਹਨਾਂ ਦੀ ਇੰਨੀ ਇੱਜ਼ਤ ਨਹੀਂ ਸੀ ਆਈ, ਲੇਕਿਨ ਜਿੰਨਾ ਉਹਨਾਂ ਨੂੰ ਮਿਲ ਕੇ ਉਹਨਾਂ ਦਾ ਇਖਲਾਕ ਇੰਨਾ ਅੱਛਾ ਹੈ ਕਿ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਉਹਨਾਂ ਨੂੰ ਮਿਲ ਕੇ। ਅਤੇ ਬਹੁਤ ਨਾਈਸ, ਅਤੇ ਕਹਿ ਲਓ ਕਿ ਜਿੰਨਾ ਕਹਿ ਲਓ ਉਨਾ ਘੱਟ, ਬਹੁਤ ਅੱਛੀ ਪਰਸਨੈਲਿਟੀ ਰੱਖਦੇ ਨੇ ਇਨਸਾਨ, ਅਤੇ ਇਖਲਾਕ ਮਾਸ਼ਾਅੱਲਾ ਨਾਲ ਬਹੁਤ ਬਹੁਤ ਜ਼ਿਆਦਾ ਬਿਹਤਰੀਨ ਇਖਲਾਕ ਉਹਨਾਂ ਦਾ। ਅਤੇ ਆਹ ਦੇਖ ਸਕਦੇ ਹੋ ਤੁਸੀਂ ਵੀ ਇਹਨਾਂ ਦਾ ਡੇਰਾ ਸ਼ੇਰਾ ਇੱਥੇ ਅਤੇ ਬਣਾਇਆ, ਅਤੇ ਇਸ ਟਾਈਮ ਫੁੱਲ ਪੰਜਾਬੀ ਨੂੰ ਆਪਣੇ ਪੰਜਾਬੀ ਕਲਚਰ ਨੂੰ ਫੋਲੋ ਕਰਦੇ ਨੇ ਇੱਥੇ, ਅਤੇ ਉਸ ਤਰ੍ਹਾਂ ਹੀ ਬੈਠੇ ਨੇ ਆਪਣੇ ਦਰਖਤ ਦੇ ਨੀਚੇ ਮੰਜੇ ਚੰਜੇ ਡਾ ਕੇ ਫੁੱਲ ਪੰਜਾਬੀ ਸਟਾਈਲ ਦੇ ਵਿੱਚ। ਅਸੀਂ ਹੁਣ ਚੱਲਦੇ ਹਾਂ ਅੰਜਨ ਸੁਰਿਆ ਸਾਹਿਬ ਦੇ ਕੋਲ, ਅਤੇ ਉਹਨਾਂ ਨੂੰ ਜਾ ਕੇ ਗੱਪਸ਼ਪ ਬਣਾਉਂਦੇ, ਉਹਨਾਂ ਨਾਲ ਦੋ ਚਾਰ ਗੱਲਾਂ ਸੁਣਦੇ ਹਾਂ, ਕੋਈ ਆਪਣੀਆਂ ਕਰਦੇ ਉਹਨਾਂ ਨਾਲ ਜਾ ਕੇ। ਅਤੇ ਦੇਖ ਸਕਦੇ ਤੁਸੀਂ ਉਹਨਾਂ ਦੇ ਦੋਸਤ ਵੀ ਆਏ ਨੇ, ਹੋਰ ਵੀ ਸੱਜਣ ਬੇਲੀ ਉਹਨਾਂ ਨੂੰ ਮਿਲਣ ਵਾਸਤੇ ਆਏ ਨੇ ਇੱਥੇ, ਅਤੇ ਅਸੀਂ ਵੀ ਚੱਲਦੇ ਉਹਨਾਂ ਕੋਲ ਜਾ ਕੇ ਬੈਠਦੇ ਹਾਂ, ਉਹਨਾਂ ਕੋਲੋਂ ਕੋਈ ਅਸੀਂ ਵੀ ਕੰਮ ਦੀ ਗੱਲ ਸੁਣਦੇ ਹਾਂ। ਮਾਸ਼ਾਅੱਲਾ ਬਹੁਤ ਇਲਮ ਵਾਲੇ ਬੰਦੇ ਨੇ ਉਹ ਵੀ, ਅਤੇ ਚੱਲਦੇ ਉਹਨਾਂ ਕੋਲ ਜਾ ਕੇ ਬੈਠਦੇ ਹਾਂ। ਦੇਖ ਸਕਦੇ ਤੁਸੀਂ ਅਸੀਂ ਬੈਠੇ ਨੇ ਅੰਜਮ ਸੁਰਿਆ ਸਾਹਿਬ, ਅੰਜਮ ਸੁਰਿਆ ਸਾਹਿਬ ਆਪਣੇ ਕੋਈ ਸੱਜਣ ਵੇਲੀ ਆਏ ਉਹਨਾਂ ਦੇ, ਉਹਨਾਂ ਨਾਲ ਬੈਠੇ ਵੀਡੀਓ ਸ਼ੀਡੀਓ ਬਣਾ ਰਹੇ ਨੇ, ਕੋਈ ਗੱਲਾਂ ਦੱਸ ਰਹੇ ਉਹਨਾਂ ਨੂੰ। ਹਾਲਾਂ ਤੋਂ ਕੋਈ ਕੋਈ ਪਈਏ ਤੇ ਚਲੀ ਗਈ ਪੰਜਾਬੀ ਤੇ, ਵੈਸੇ ਵੀ ਤਾਂ ਦਿਲ ਬਹੁਤ ਵੱਡਾ ਹੁੰਦਾ, ਤੇ ਇਹ ਤੇ ਫਿਰ ਅੰਜਮ ਸੁਰਿਆ ਸਾਹਿਬ ਸੀਗੇ। ਤੇ ਅੰਜਮ ਸਾਹਿਬ ਬੈਠੇ ਨੇ ਇੱਥੇ, ਤੇ ਸੱਜਣ ਬੇਲੀ ਨਾਲ ਬੈਠੇ ਨਾਲ, ਤੇ ਵੀਡੀਓ ਸ਼ੀਡੀਓ ਬਣਾ ਰਹੇ ਆਪਣੀਆਂ। ਅੰਜਮ ਸਾਹਿਬ ਬੈਠੇ ਨੇ, ਆਪਣੀ ਮਹਿਫਲ ਸਜਾਈ ਉਹਨਾਂ ਨੇ ਜਿੱਥੇ, ਅਤੇ ਮੇਲਾ ਲਾਇਆ ਇੱਥੇ ਆਪਣਾ ਉਹਨਾਂ ਨੇ, ਮਾਸ਼ਾਅੱਲਾ ਬਹੁਤ ਸੋਹਣਾ ਮਾਹੌਲ ਇੱਥੇ ਦਾ। ਦੇਖ ਸਕਦੇ ਤੁਸੀਂ ਉਸਮਾਨ ਸਾਹਿਬ ਵੀਡੀਓ ਬਣਾ ਰਹੇ ਨੇ ਉਹਨਾਂ ਦੀ। ਹਾਂਜੀ, ਤੇ ਯਾਰ ਹੁਣ ਹੈ ਨਾ ਅੰਜਮ ਸਾਹਿਬ ਆਪਣੀ ਵੀਡੀਓ ਸ਼ੀਡੀਓ ਰਿਕਾਰਡ ਕਰਕੇ ਹਟੇ ਨੇ, ਅਤੇ ਦੁਬਾਰਾ ਸੈਟ ਵਗੈਰਾ ਸਿੱਧਾ ਕੀਤਾ, ਆਪਣੇ ਸਾਰੇ ਦੋਸਤ ਬੈਠੇ ਨੇ, ਯਾਰ ਸੱਜਣ ਬੈਠੇ ਨੇ ਉਹਨਾਂ ਦੇ, ਅਤੇ ਅੰਜਮ ਸਾਹਿਬ ਗਏ ਨੇ ਅੰਦਰ, ਅਤੇ ਉਹ ਪਾਣੀ ਸ਼ਾਣੀ ਲੈ ਕੇ ਆ ਰਹੇ ਨੇ ਮਹਿਮਾਨਾਂ ਵਾਸਤੇ। ਸਾਹਿਬ ਕੋਈ 11 ਦੋਸਤਾਂ ਬਾਰੇ ਜੀ, ਕੋਈ ਸੱਜਣ ਕਿਤੇ ਚੰਗੇ ਵੀ ਬਹੁਤ ਹੁੰਦੇ ਨੇ, ਕੋਈ ਵਿੱਚ ਮਾੜੇ ਵੀ ਨਿਕਲ ਆਉਂਦੇ ਨੇ ਜੀ, ਉਹਨਾਂ ਦੇ ਬਾਰੇ ਕੋਈ ਗੱਲਬਾਤ ਸੁਣਾ ਦਿਓ, ਕੋਈ ਦੱਸ ਦਿਓ, ਕੋਈ ਸ਼ੇਅਰ ਵਗੈਰਾ ਉਹਨਾਂ ਦੇ ਬਾਰੇ। ਸ਼ੇਅਰ ਸ਼ਾਇਰੀ ਤਾਂ ਮੈਂ ਐਡੀ ਕੋਈ ਨਹੀਂ ਮੈਨੂੰ ਆਉਂਦੀ, ਉਂਝ ਗੱਲਬਾਤ ਆਪਾਂ ਕਰਦੇ ਹਾਂ ਇਹਦੇ ਬਾਰੇ 'ਚ, ਵੀ ਪਤਾ ਯਾਰ ਗੱਲ ਕੀ ਹੁੰਦੀ ਆ, ਵੀ ਉਹ ਕਹਿੰਦੇ ਵੀ ਇੱਕ ਮੱਛੀ ਹੋਵੇ ਗੰਦੀ ਤਾਂ ਉਹ ਸਾਰੀਆਂ ਨੂੰ। ਸਾਡੇ ਇੱਥੇ ਹੁੰਦਾ ਹੈ ਵੀ ਬੰਦੇ ਨਾ ਰਿਸ਼ਤਿਆਂ ਦੀ ਬੇਕਦਰੀ ਕਰਨ ਲੱਗ ਜਾਂਦੇ, ਗੱਲ ਹੋਣੀ ਭਰਾਵਾਂ ਦਾ ਰਿਸ਼ਤਾ ਭਲਾ ਇਹ ਕਿਸੇ ਨੂੰ ਰਲਦਾ, ਠੀਕ ਹੈ, ਅਤੇ ਜੇ ਮੁਖਲਸ ਸੱਜਣ ਹੋਵੇ ਉਹ ਕਿਸੇ ਨੂੰ ਨਹੀਂ ਰਲਦਾ, ਸਾਰੇ ਨਾ ਆਪਦੀ ਆਪਦੀ ਥਾਂ 'ਤੇ ਆ। ਸਾਡੇ ਇੱਥੇ ਮੈਂ ਕਈ ਵਾਰੀ ਵੀਡੀਓ 'ਚ ਵੀ ਦੇਖਿਆ ਨਾ, ਮਿਸਾਲ ਦੇ ਤੌਰ 'ਤੇ ਜੇ ਕਿਸੇ ਨੇ ਇੱਕ ਪਤਰੇਰ ਨੇ ਮਾੜਾ ਕੀਤਾ ਨਾ, ਉਹ ਫਿਰ ਡੰਡ ਪਾ ਦਿੰਦੇ ਨੈੱਟ 'ਤੇ, ਸ਼ਰੀਕਾ ਸ਼ਰੀਕਾ, ਸਾਰੇ ਇੱਦਾਂ ਦੇ ਤਾਂ ਨਹੀਂ ਹੁੰਦੇ, ਐਸੇ ਐਸੇ ਪਤਰੇਰ ਆ ਜਿਨ੍ਹਾਂ ਦੇ ਤਾਰੀਖ ਲਿਖੀ ਹੋਈ ਆ ਵੀ ਪਤਰੇਰਾਂ ਅੱਗੇ ਖਲੋ ਕੇ ਗੋਲੀ ਖਾਧੀ, ਬਿਲਕੁਲ ਖਾਧੀ ਹੈ, ਉਹ ਸਾਰੇ ਇੱਕ ਜਿਹੇ ਨਹੀਂ ਹੁੰਦੇ, ਰਿਸ਼ਤਿਆਂ ਨੂੰ ਨਹੀਂ ਬੇਕਦਰੀ ਕਰਨੀ ਚਾਹੀਦੀ। ਤੁਸੀਂ ਦੇਖਿਓ ਨਾ ਇੱਕ ਟਿਕਟੋਕਰ ਆ, ਉਹ ਫੁੱਫੀ ਦੇ ਰਿਸ਼ਤੇ ਨੂੰ ਨਾ
ਉਹਨੇ ਮਜ਼ਾਕ ਬਣਾ ਕੇ ਰੱਖ ਦਿੱਤਾ। ਉਹ ਬੜੇ ਦੁੱਖ ਵਾਲੀ ਗੱਲ ਆ, ਫੁੱਫੀ ਮਾਂ ਬਰਾਬਰ ਹੁੰਦੀ। ਠੀਕ ਆ, ਕਿਸੇ ਦੇ ਕੋਈ ਮਾਮਲਾਤ ਹੁੰਦੇ ਆ, ਕੋਈ ਮਾੜੇ ਚੰਗੇ, ਪਰ ਰਿਸ਼ਤਿਆਂ ਦੀ ਬੇਕਦਰੀ ਤਾਂ ਨਾ ਕਰੋ। ਭਰਾ ਦਾ ਰਿਸ਼ਤਾ ਬਾਬਾ ਜੀ ਉਹ ਦੋਸਤ ਨੂੰ ਨਹੀਂ ਰਲਦਾ, ਤੇ ਮੁਖਲਸ ਦੋਸਤ ਦਾ ਰਿਸ਼ਤਾ ਉਹ ਕਿਸੇ ਨੂੰ ਵੀ ਨਹੀਂ ਰਲਦਾ। ਹਾਂਜੀ, ਸਾਨੂੰ ਅੱਜ ਸਾਡੇ ਭਰਾ ਮਿਲਣ ਆਏ ਆ ਮਰੀਦ ਵਾਲੇ ਤੋਂ। ਇਸਲਾਮ ਜ਼ਫਰ ਦੇ ਨਾਂ ਤੇ ਯੂਟਿਊਬ ਚੈਨਲ ਆ, ਇਹਨੂੰ ਸਪੋਰਟ ਕਰੋ, ਲਾਈਕ ਸਬਸਕ੍ਰਾਈਬ ਫਾਲੋ ਕਰਨਾ ਇਹਨੂੰ। ਇਸਲਾਮ ਜ਼ਫਰ ਦੇ ਨਾਂ ਤੇ ਬਣਿਆ, ਸਾਡੇ ਬਹੁਤ ਸੋਹਣੇ ਮਿੱਤਰ ਆ ਜੀ ਇਹ। ਅੱਛਾ ਤੇ ਯਾਰ, ਅੰਜਮ ਸੁਰੇਸ਼ ਸਾਨੂੰ ਮਿਲੇ, ਮੁਲਾਕਾਤ ਕੀਤੀ ਤੇ ਬਹੁਤ ਅੱਛਾ ਲੱਗਾ, ਦਿਲੋਂ ਬਹੁਤ ਖੁਸ਼ੀ ਹੋਈ ਇਹਨਾਂ ਨੂੰ ਮਿਲ ਕੇ। ਤੇ ਹੁਣ ਲੈਂਦੇ ਹਾਂ ਅੰਜਮ ਸਾਹਿਬ ਕੋਲ ਇਜਾਜ਼ਤ ਤੇ ਫਿਰ ਚੱਲਦੇ ਹਾਂ ਅਸੀਂ ਵਾਪਸ। ਤੇ ਠੀਕ ਹੈ ਸਰ, ਸ਼ੁਕਰੀਆ ਬਹੁਤ ਬਹੁਤ, ਸ਼ੁਕਰੀਆ, ਬਹੁਤ ਅੱਛਾ ਲੱਗਾ ਤੁਹਾਨੂੰ ਮਿਲ ਕੇ ਜੀ। ਤੁਹਾਡੀ ਮਿਹਰਬਾਨੀ, ਤੁਸੀਂ ਚੱਲ ਕੇ ਆਏ ਆ, ਇੰਨਾ ਪਿਆਰ ਦੇਣ ਆਏ ਆ, ਇੱਜ਼ਤ ਦੇਣ ਆਏ ਆ। ਅੱਲਾਹ ਤੁਹਾਨੂੰ ਸਲਾਮਤ ਰੱਖੇ। ਸਲਾਮ ਜ਼ਫਰ ਸਾਹਿਬ। ਹਾਂਜੀ, ਅੰਜਮ ਸੁਰੇਸ਼ ਸਾਹਿਬ ਵੇਲੇ ਹੁਣ ਫਾਰਗ ਹੋਣ ਤੋਂ ਬਾਅਦ ਅਸੀਂ ਪਹੁੰਚੇ ਜੀ ਗੋਲਡਨ ਚਿਕ ਤੇ। ਭੁੱਖ ਲੱਗੀ ਸੀ, ਪੇਟ ਪੂਜਾ ਕਰਨ ਵਾਸਤੇ ਪਹੁੰਚ ਗਏ ਤੇ ਪਾਸਤੇ ਵਗੈਰਾ ਮੰਗਵਾਏ ਨੇ, ਇਹ ਖਾਂਦੇ ਹਾਂ ਤੇ ਫਿਰ ਚੱਲਦੇ ਵਾਪਸ ਘਰਾਂ ਨੂੰ। ਤੇ ਇੱਥੇ ਮੰਗਾ ਰਿਹਾ ਅੱਜ ਦਾ ਵਲੋਗ ਐਂਡ। ਅਗਰ ਤੁਹਾਨੂੰ ਅੱਜ ਦਾ ਵਲੋਗ ਅੱਛਾ ਲੱਗਾ ਤਾਂ ਕਮੈਂਟ ਕਰਕੇ ਲਾਜ਼ਮੀ ਦੱਸੋ। ਜੇ ਸਬਸਕ੍ਰਾਈਬ ਨਹੀਂ ਕੀਤਾ ਲਾਜ਼ਮੀ ਸਬਸਕ੍ਰਾਈਬ ਕਰ ਦੇਣਾ। ਅੱਲਾ ਹਾਫਿਜ਼।